ਕਾਕਾ ਤੁਸੀਂ ਵੀ ਰਹਿਮ ਕਰੋ, ਤੁਹਾਡੇ ਨਾਲ ਵੀ ਕੋਈ ਗਲਤੀ ਆ ਤਾਂ ਮਾਫ਼ੀ ਕਰੋ, ਸੰਗਤ ਤੋਂ ਵੀ ਮਾਫ਼ੀ ਮੰਗਦੇ ਆ ਗਲਤੀ ਕਰੋ, ਅੱਜ ਮਾਫ਼ੀ ਤਾਂ ਜੀ ਤੋਂ ਮਰਜ਼ੀ ਮੰਗਾ ਲਓ। ਆਪਣੇ 10 ਸਾਲ ਦੇ ਰਾਜ ਦੌਰਾਨ ਜਾਣੇ ਅਣਜਾਣੇ 'ਚ ਹੋਈਆਂ ਭੁੱਲਾਂ ਨੂੰ ਬਖਸ਼ਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਸ਼ਨੀਵਾਰ ਨੂੰ ਹਰਿਮੰਦਰ ਸਾਹਿਬ ਪਹੁੰਚੀ। ਸ਼੍ਰੀ ਅਕਾਲ ਤਖਤ ਸਾਹਿਬ ਤੇ ਅਖੰਡ ਪਾਠ ਧਰਾਇਆ। ਇਹ 3 ਦਿਨ ਅਖੰਡ ਪਾਠ ਦੇ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਕਦੀ ਜੋੜਿਆਂ ਦੀ ਸੇਵਾ ਕਰਦੀ ਨਜ਼ਰ ਆਈ ਤੇ ਕਦੀ ਬਰਤਨਾਂ ਦੀ ਤੇ ਕਦੀ ਸਫਾਈ ਦੀ। ਜੋੜੇ ਝੜਦੇ ਆ ਜੀ, ਅਸੀਂ ਉੱਥੇ ਭਾਂਡੇ ਮਾਂਜਦੇ ਹਾਂ ਜੀ, ਭੁੱਲਾਂ ਬਖਸ਼ਾਉਂਦੇ ਹਾਂ ਜੀ। ਨਾਲੇ ਤਾਂ ਤੁਸੀਂ ਭੁੱਲਾਂ ਦੀ ਗੱਲ ਕਰ ਰਹੇ ਹੋ, ਨਾਲੇ ਗੁਨਾਹਾਂ ਤੇ ਪਰਦੇ ਪਾਉਂਦੇ ਹੋ। ਪ੍ਰਕਾਸ਼ ਸਿੰਘ ਬਾਦਲ ਨੇ 3 ਦਿਨ ਬਾਅਦ ਮੀਡੀਆ ਨਾਲ ਗੱਲ ਤੇ ਕੀਤੀ ਬੜੇ ਨੱਪੇ ਤੁਲੇ ਲਫ਼ਜ਼ਾਂ 'ਚ। ਸ਼ਾਇਦ ਅਕਾਲੀ ਦਲ ਸਮਝਦਾ ਹੈ ਕਿ ਇਸ ਮਾਫ਼ੀ ਮੰਗਣ ਤੋਂ ਬਾਅਦ ਇਹ ਸਾਰੇ ਇਸ਼ੂ ਖਤਮ ਹੋ ਗਏ ਨੇ ਔਰ ਇੱਕੋ ਸਾਫ਼ ਸੁਥਰੇ ਹੋ ਕੇ ਬਾਹਰ ਨਿਕਲੇ ਨੇ। ਹੁਣ ਇੱਕ ਵੱਡਾ ਕੁਸ਼ਚਨ ਇਹ ਆਉਂਦਾ ਕਿ ਵਾਕਈ ਉਹ ਕੁਸ਼ਚਨ ਇਹਨਾਂ ਦੇ ਮਾਫ਼ੀ ਵਾਲੇ ਅਖੰਡ ਪਾਠ ਤੋਂ ਬਾਅਦ ਖਤਮ ਹੋ ਗਏ ਨੇ। ਬੀਬੀਸੀ ਪੰਜਾਬੀ ਲਈ ਰਵਿੰਦਰ ਸਿੰਘ ਰੋਬਿਨ ਅੰਮ੍ਰਿਤਸਰ ਤੋਂ।